ਸਤਿ ਮਾਊਸ ਨਮਸਕਾਰ ਨਮਸਕਾਰ ਸਰ ਹੈਲੋ ਹਾਂ ਨਮਸਕਾਰ ਸਰ ਸਰ ਮੈਂ ਪੰਜਾਬ ਤੋਂ ਬੋਲ ਰਿਹਾ ਜੀ ਇੱਥੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਭਗਵਾਨਪੁਰਾ ਵਿਲੇਜ ਹੈ ਜੀ ਹਾਂਜੀ ਉੱਥੇ ਇੱਕ ਬੱਚਾ ਹੈ ਜੀ 2 ਸਾਲ ਦਾ 5 ਦਿਨਾਂ ਪਤਾ ਹੈ ਜੀ ਹਮ ਲੋਗੋ ਕੋ ਪਤਾ ਹੈ ਜੀ ਨਿਊਜ਼ ਮੇ ਆ ਰਹਾ ਹੈ ਸਬ ਕੋ ਪਤਾ ਚੱਲ ਰਿਹਾ ਹੈ ਆ ਤੋ ਰਹਾ ਹੈ ਸਰ ਕੋਈ ਐਕਸ਼ਨ ਤੋ ਹੋ ਨਹੀਂ ਰਹਾ ਵਹਾਂ ਪੇ ਦੇਸੀ ਮੈਥਡ ਕਰ ਤੋ ਰਹੇ ਹੈ ਕਰ ਤੋ ਰਹੇ ਹੈ ਟੈਕਨੀਕ ਨਹੀਂ ਹੈ ਜੀ ਦੇਸੀ ਮੈਥਡ ਹੈ ਸਭੀ ਤੋ ਇਸ ਸਮੇਂ ਟੈਕਨੀਕ ਥੋੜਾ ਨਾ ਸ਼ੁਰੂ ਹੋ ਜਾਏਗੀ ਕੋਈ ਨਹੀਂ ਫਿਰ 5 ਦਿਨ ਇਸ ਸਮੇਂ ਨਹੀਂ ਟੈਕਨੀਕ ਥੋੜੇ ਨਾ ਹੋਗੀ ਟੈਕਨੀਕ ਤਾਂ ਪਹਿਲੇ ਨਿਕਾਲਨੀ ਪੜਤੀ ਹੈ ਨਾ ਨਹੀਂ ਪਹਿਲੇ ਕਰਨੀ ਸੀ ਸਰ ਸਟਾਰਟਿੰਗ ਮੇ ਫਿਰ ਇਹਨਾਂ ਨੇ ਕਿਉਂ ਨਹੀਂ ਕੀ ਹਾਂ ਕਿਉਂ ਨਹੀਂ ਕਰੀ ਕਰ ਜਵਾਬ ਤੋ ਨਹੀਂ ਹੁੰਦਾ ਨਾ ਕਿਉਂ ਨਹੀਂ ਹੁਆ ਫਲਾਈਓਵਰ ਬਣਤੇ ਹੈ ਇਤਨੇ ਇਤਨੇ ਬੜੇ ਪਿੱਲਰ ਨੀਚੇ ਜ਼ਮੀਨ ਮੇ ਜਾਤੇ ਹੈ ਜੀ ਵੋ ਖੁਦਾਈ ਕਰਨੇ ਕੇ ਲਈ ਕੋਈ ਮਸ਼ੀਨ ਨਹੀਂ ਹੈ ਅਜੀ ਜੀ ਜੋ ਆਪ ਬੋਲ ਰਹੇ ਹੈ ਨਾ ਜੀ ਇਹ ਸਭ ਹਜੇ ਹਮੇ ਵੀ ਸੁਣਾਈ ਦੇ ਰਿਹਾ ਹੈ ਸਭ ਨਿਊਜ਼ ਮੇ ਠੀਕ ਹੈ ਸਭ ਆ ਰਹਾ ਹੈ ਠੀਕ ਹੈ ਜੀ ਗਲਤੀ ਹੋ ਗਈ ਸਰ ਆਪਕੋ ਫੋਨ ਕਰਕੇ ਥੈਂਕ ਯੂ ਜੀ ਮਾਊਸ ਨਮਸਕਾਰ ਵਿਲੇਜ ਹੈ ਜੀ ਹਾਂਜੀ ਹਾਂਜੀ ਬੋਲੇ ਉੱਥੇ ਇੱਕ ਬੱਚਾ ਹੈ ਜੀ 2 ਸਾਲ ਦਾ 5 ਦਿਨਾਂ ਵੋ ਪਤਾ ਹੈ ਜੀ ਹਮ ਲੋਗੋ ਕੋ ਪਤਾ ਹੈ ਜੀ ਨਿਊਜ਼ ਮੇ ਆ ਰਹਾ ਹੈ ਸਭ ਕੋ ਪਤਾ ਚੱਲ ਰਿਹਾ ਹੈ ਆ ਤੋ ਰਹਾ ਹੈ ਸਰ ਕੋਈ ਐਕਸ਼ਨ ਤੋ ਹੋ ਨਹੀਂ ਰਹਾ ਵਹਾਂ ਪੇ ਦੇਸੀ ਮੈਥਡ ਕਰ ਤੋ ਰਹੇ ਹੈ ਕਰ ਤੋ ਰਹੇ ਹੈ ਟੈਕਨੀਕ ਨਹੀਂ ਹੈ ਜੀ ਦੇਸੀ ਮੈਥਡ ਹੈ ਸਭੀ ਤੋ ਇਸ ਸਮੇਂ ਟੈਕਨੀਕ ਥੋੜਾ ਨਾ ਸ਼ੁਰੂ ਹੋ ਜਾਏਗੀ ਕੋਈ ਨਹੀਂ ਫਿਰ 5 ਦਿਨ ਇਸ ਸਮੇਂ ਨਹੀਂ ਟੈਕਨੀਕ ਥੋੜੇ ਨਾ ਹੋਗੀ ਟੈਕਨੀਕ ਤਾਂ ਪਹਿਲੇ ਨਿਕਾਲਨੀ ਪੜਤੀ ਹੈ ਨਾ ਨਹੀਂ ਪਹਿਲੇ ਕਰਨੀ ਸੀ ਸਰ ਸਟਾਰਟਿੰਗ ਮੇ ਫਿਰ ਇਹਨਾਂ ਨੇ ਕਿਉਂ ਨਹੀਂ ਕੀ ਹਾਂ ਕਿਉਂ ਨਹੀਂ ਕਰੀ ਕਰ ਜਵਾਬ ਤੋ ਨਹੀਂ ਹੁੰਦਾ ਨਾ ਕਿਉਂ ਨਹੀਂ ਹੁਆ ਆਗੇ ਫਿਰ ਅਲਰਟ ਹੋਗੇ ਨਾ ਨਹੀਂ ਫਿਰ ਆਪ ਐਸੇ ਦੇਸੀ ਮੈਥਡ ਹੀ ਚਲੇਂਗੇ ਜੀ ਸਰ ਤੋ ਇਸ ਸਮੇਂ ਜੋ ਟੈਕਨੀਕ ਨਹੀਂ ਹੈ ਤੋ ਕਹਾਂ ਸੇ ਲਾਓਗੇ ਨਈ ਟੈਕਨੀਕ ਨਹੀਂ ਪੂਰੇ ਇੰਡੀਆ ਮੇ ਨਹੀਂ ਹੈ ਸਰ ਇਤਨੇ ਇਤਨੇ ਫਲਾਈਓਵਰ ਬਣਤੇ ਹੈ ਅਗਰ ਹੋਤਾ ਤੋ ਪਹੁੰਚ ਜਾਤਾ ਨਹੀਂ ਫਲਾਈਓਵਰ ਬਣਤੇ ਹੈ ਇਤਨੇ ਇਤਨੇ ਬੜੇ ਪਿੱਲਰ ਨੀਚੇ ਜ਼ਮੀਨ ਮੇ ਜਾਤੇ ਹੈ ਜੀ ਵੋ ਖੁਦਾਈ ਕਰਨੇ ਕੇ ਲਈ ਕੋਈ ਮਸ਼ੀਨ ਨਹੀਂ ਹੈ ਅਜੀ ਜੀ ਜੋ ਆਪ ਬੋਲ ਰਹੇ ਹੈ ਨਾ ਜੀ ਇਹ ਸਭ ਹਜੇ ਹਮੇ ਵੀ ਸੁਣਾਈ ਦੇ ਰਿਹਾ ਹੈ ਸਭ ਨਿਊਜ਼ ਮੇ ਠੀਕ ਹੈ ਸਭ ਆ ਰਹਾ ਹੈ ਠੀਕ ਹੈ ਜੀ ਗਲਤੀ ਹੋ ਗਈ ਸਰ ਆਪਕੋ ਫੋਨ ਕਰਕੇ ਥੈਂਕ ਯੂ ਜੀ ਪੀਐਮ ਹਾਊਸ